ਐਵੇਂ ਸਕੈਨ ਕਰਦੇ ਜੀ ਇੱਥੇ ਸਕੈਨ ਕਰਨ ਤੋਂ ਬਾਅਦ ਕਿਲੋਮੀਟਰ ਉੱਪਰ ਜਾ ਰਹੇ ਆਪਾਂ ਦੁਬਈ ਤੋਂ ਇੱਧਰ ਨੂੰ ਜਾਣਾ ਜੀ ਦੇਖਦੇ ਹਾਂ ਕਿ ਕੀ ਹੈ ਇਹ ਬਣਾਈ ਵੀ ਇਹਨਾਂ ਨੇ ਤਾਈਵਾਨ ਇਜ਼ਾਲ ਸੋ ਜੁਆਇਨਿੰਗ ਅਸ ਨਹੀਂ ਨਹੀਂ ਰੀਅਲੀ ਵੈਸੇ ਵਧੀਆ ਹੈ ਜੀ ਮੈਂ ਤਾਂ ਵੈਸੇ ਮਜ਼ਾਕ ਕਰਦਾ ਸੀ ਦੇਖੋ ਬੜੇ ਹੋ ਕੇ ਦਿਖਾਤੇ ਬਸ ਇਹਨਾਂ ਨੇ ਵੀ ਓਕੇ ਵੈਨ ਸਿਕਸ ਪੀਪਲ ਦੈਨ ਯੂ ਵਿਲ ਸਟਾਰਟ ਹਰੇਕ ਕੰਟਰੀ 'ਚ ਨਵਾਂ ਨਵਾਂ ਐਕਸਪੀਰੀਅੰਸ ਤਜਰਬਾ ਕਰਨਾ ਚਾਹੀਦਾ ਜੋ ਵਟ ਅਬਾਊਟ ਹਿਸ ਪਾਸਟ ਖੜੇ ਹਾਂ ਜੀ ਇੱਥੇ ਪੂਰੇ ਡੈੱਕ 'ਤੇ ਇਹਦੇ ਬਸ ਹੁਣ ਜਾਣਾ ਅਸੀਂ ਮੈਟਰੋ ਤੋਂ ਵਾਪਸ ਹੋਟਲ ਐਵੇਂ ਸਕੈਨ ਕਰਦੇ ਹਾਂ ਜੀ ਇੱਥੇ ਸਕੈਨ ਕਰਨ ਤੋਂ ਬਾਅਦ ਫਿਰ ਇਹਦੇ ਅੰਦਰ ਇਹ ਦੇਖੋ ਵਾਹ ਹਾਏ ਐਂਟਰੀ 'ਤੇ ਇਹ ਦੇਖੋ ਇੱਥੇ ਇਹ ਕਹਿੰਦੇ ਵੀ ਜੇ ਹਾਏ ਅਸੀਂ ਖੜ੍ਹੇ ਹਾਂ ਸਾਰੇ ਇਹ ਇੱਥੇ ਦੇਖਦੇ ਇੱਥੇ ਵੇਟ ਕਰ ਰਹੇ ਹਾਂ ਅਸੀਂ ਖੜ੍ਹੇ ਹੁਣ ਇਹ ਤੋਂ ਬਾਅਦ ਐਂਟਰ ਹੋਣਾ ਹਾਂ ਆਹ ਲਿਫਟ ਹੈ ਇੱਥੇ ਲਿਫਟ ਹੈ ਜੀ ਇਹ ਤੋਂ ਬਾਅਦ ਜਾਊਂਗੇ ਬਾਹਰ ਉੱਥੋਂ ਉੱਪਰ ਲੋ ਜੀ ਹੋ ਰਿਹਾ ਐਂਟਰ ਇੱਥੋਂ ਹੈ ਲਿਫਟ ਇੱਥੋਂ ਐਂਟਰ ਵਾਓ ਠੰਡਾ ਪਿਆ ਹੈ ਨਾ ਕੀ ਕਰਨਾ ਅੱਛਾ ਕਿਆ ਖੁੱਲੂਗਾ ਇੱਥੇ ਆ ਗਏ ਜੀ ਇਹਦੇ ਅੰਦਰ ਹੁਣ ਦੇਖਦੇ ਨੈਕਸਟ ਕੀ ਹੁੰਦਾ ਕਿੰਨਾ ਉੱਪਰ ਲਿਖੇ ਜਾ ਰਿਹਾ 600 ਕਿਲੋਮੀਟਰ ਉੱਪਰ ਜਾ ਰਹੇ ਆਪਾਂ ਦੁਬਈ ਤੋਂ ਅਸਲੀ ਜੀ ਜਾ ਰਹੇ ਇਹ ਲਿਫਟ ਹੈ ਜਿਹੜੀ 600 ਕਿਲੋਮੀਟਰ ਲਿਖੇ ਜਾਂਦੀ ਇੰਜੋਏ ਕਰੋ ਆ ਦੇਖੋ ਜੀ ਸਾਰੇ ਦੋਸਤਾਂ ਨੂੰ ਲੱਗਦਾ ਗੜਕਲ ਦਿਖਾ ਦੇ ਗੜਕਲ ਕਿੰਨੇ ਹਜ਼ਾਰ ਕਿੰਨਾ ਕਿਲੋਮੀਟਰ 600 ਕਿਲੋਮੀਟਰ ਉੱਪਰ ਜਾ ਰਹੇ ਅਸੀਂ ਦੁਬਈ ਤੋਂ ਇਧਰਲੀ ਸਾਈਡ ਹੋ ਰਿਹਾ ਹਾਂ ਉੱਧਰ ਹੋ ਰਿਹਾ ਨਾ ਉੱਪਰ ਦੇ ਉੱਪਰ ਉਹਦੇ ਉੱਪਰ ਜਮੀਲਾ ਅਮਲ ਤਹਿਕ ਵਿਟਾਮਿਨ ਅਮਲੀ
600 किलोमीटर उपर आ गए। इधर नहीं जाना जी, देखते हैं की है। चलिए जा रहे हैं। At the heart of this system is the lunar photovoltaic belt. This belt of solar panels circles the moon, extending for over 10,000 kilometers and humanity's home among the stars. Gaia, thank you pioneers for listening and how we can proceed toward the heart and center of the Jupiter space station. Next. We're going to go and see what's happening. Now to the space station. Our test space station will only proceed all the way to this side over here. So now once you proceed to this side, you'll see this beautiful view of the Earth around you. It's a live feed show showing us all the climate changing from around the world, and we get the light above us, as you can see on this side in English and Arabic the other side. You can enjoy around this beautiful view, but first I will show the attention to the center piece over here in the middle. So please just gather around the center. This is a wonderful view. This is a wonderful view. This is देखो जी, नॉर्थ जुपिटर अर्थ ये जी प्रोजेक्ट दिखाया गया। टाइम है हूँ नहीं की कहते इतने केंद्र कुछ करके अपना ये करो फिर इतने दब के लैंग्वेज आएगी रोटेट द टैप टू एक्सप्लोर Thank you.
ਸਾਰਾ ਸਪੇਸ ਦਾ ਬਣਾਇਆ ਵਾ ਸਿਸਟਮ ਹੈ ਨਾ ਜੋ ਸਪੇਸ ਚ ਹੈ ਨਾ ਉੱਪਰ ਜਵਾਕ ਪੰਗੇ ਲੈ ਰਿਹਾ ਇਹ ਕਹਿ ਨਹੀਂ ਟਿਕਦਾ ਕੌਣ ਹੈ ਹਾਂ ਚਾਈਨੀਜ਼ ਵੀ ਸਿੱਖ ਗਿਆ ਮੈਂ ਚਲੋ ਨੈਕਸਟ ਸਟੇਸ਼ਨ ਲਓ ਜੀ ਅੱਗੇ ਆ ਗਏ ਵੈਲਕਮ ਇਹ ਰੋਬੋ ਇਹ ਤਾਂ ਉਹੀ ਬੰਦਾ ਥੱਲੇ ਖੜਾ ਜਿਹੜਾ ਅਪਲਾਈ ਨਾ ਕਰ ਆਪਣਾ ਹੈਂ ਅੱਛਾ ਇਹ ਬੇਟੇ ਦੀ ਹੈਗੀ ਹਾਂ ਤੇਰੀ ਫੋਟੋ ਆ ਜਾਣੀ ਹੈ ਫੋਟੋ ਜੀ ਦਿਖਾ ਦਿਓ ਉੱਪਰ ਦਿਖਾ ਦੇ ਐਸਟਰੋਨੌਟ ਬਣ ਗਿਆ ਮੈਂ ਚਲੋ ਓਕੇ ਇਹ ਕਹਿੰਦੇ ਸਾਈਡ 'ਤੇ ਖੜ੍ਹੇ ਹੋ ਸੈਂਟਰ 'ਚ ਨਹੀਂ ਖੜ੍ਹਾ ਹੋਣਾ ਜਿੱਥੇ ਕਲਾਸ ਹੈ ਸਾਈਡਾਂ 'ਤੇ ਖੜ੍ਹਾ ਹੋਣਾ ਹੈ ਹੁਣ ਕਿੱਥੇ ਚੱਲੇ ਆਪਾਂ ਦੁਬਾਰੇ ਫਿਰ ਹੈ ਨਹੀਂ ਜਿੱਤੀ ਇਹ ਫਿਰ ਸਾਨੂੰ ਧਰਤੀ 'ਤੇ ਲੈ ਚੱਲੇ ਹਾਂ ਦੈਟ ਸਾਈਡ ਯਾ ਸ਼ੋਰ ਹੈਂ ਲਓ ਜੀ ਦੁਬਾਰੇ ਚੱਲੇ ਅਸੀਂ ਧਰਤੀ ਵੱਲ ਨੂੰ ਮੱਲਾ ਦਾ ਹਾਂ ਜ਼ਰੂਰੀ ਨਹੀਂ ਜਾਣਾ ਇਹ ਬੇਟਾ ਕਹਿੰਦਾ ਵੀ 2 ਘੰਟੇ ਦੀ ਫਲਾਈਟ ਹੈ ਇਹਨੂੰ ਕਹਿ ਦਿਉ ਵੀ ਜ਼ਰੂਰੀ ਕੇ ਤਾਰ ਦਿਉ ਵੀ ਸਾਨੂੰ ਰਾਸਤੇ 'ਚ ਬਾਕੀ ਦੇਖੋ ਆ ਗਿਆ ਦੁਬਈ ਸਪੇਸ 'ਚ ਆਏ ਅਸੀਂ ਹੁਣ ਦੁਬਾਰੇ ਅਸੀਂ ਆ ਰਹੇ ਹਾਂ ਆਪਣੀ ਜਗ੍ਹਾ 'ਤੇ ਬਹੁਤ ਛੇਤੀ 6000 ਕਿਲੋਮੀਟਰ ਦਾ ਸਫ਼ਰ ਤੈਅ ਕਰਿਆ 600 ਕਿਲੋਮੀਟਰ ਦਾ ਸਫ਼ਰ ਤੈਅ ਕਰਿਆ ਇਹ ਮੇਰੀ ਗਲਤੀਆਂ ਕੱਢਣ ਹੋਏ ਮੁੰਡਾ ਆ ਖੜਿਆ ਆ ਰੋਕਟ ਲੈਂਡ ਕਰ ਗਿਆ ਇੱਥੇ ਉਧਰੋਂ ਗਏ ਹੁਣ ਅਸੀਂ ਬਸ ਹੁਣ ਇੱਧਰੋਂ ਡੋਰ ਓਪਨ ਹੋ ਜਾਣਾ ਸਾਡਾ ਉਧਰਲੀ ਸਾਈਡ ਨੂੰ ਗੋ ਚਲੋ ਹੀਲ ਇੰਸਟ੍ਰਕਸ਼ਨ ਚੈਪਟਰ 1 ਕਹਿੰਦੇ ਖਤਮ ਹੋ ਗਿਆ ਹੁਣ ਚੈਪਟਰ 2 ਲਈ ਸਟੇਅਰਸ ਤੋਂ ਥੱਲੇ ਜਾ ਰਹੇ ਹਾਂ ਗੋਇੰਗ ਸਟੇਅਰਸ ਟੇਕਿੰਗ ਸਟੇਅਰਸ ਐਂਡ ਗੋਇੰਗ ਡਾਊਨ ਬੱਚੇ ਸਭ ਤੋਂ ਮੂਹਰੇ ਪਹਿਲਾਂ
Hello. Are you from? Are you from? Taiwan. Taiwan, okay. Good, good, good. He's from Taiwan. He's also joining us. Chapter 2. Yeah. We are going there now. अभी हम वहाँ जा रहे हैं. सुन असी चैप्टर 2 से जा रहे हैं. तिन्ने लैंग्वेज समझाते हैं. This is not this is that. That. ये है जी चैप्टर 2 के अंदर जा रहे हैं. ये देखो आगे थे. But also it's very important for us to build a rainforest that is full of fire-resistant trees to withhold any wildfires that may just suddenly occur. And over here, I do have a highlight feature that highlights different aspects of a rainforest from day into night and some of our work using biosynthetic technologies and bioengineering. If you see there's a small circle that is traveling around this screen, what you're looking at the moment, these yellow fungi or the soil cleaning fungi, these have the ability to produce 50 megatons of spores yearly, which could essentially help us in cleaning up the toxins from the atmosphere, and it is the source of the largest living particles all around the globe. But its main goal is to clean down the soil below. We also ਪੰਜ ਚੈਪਟਰ ਦੇਖੋ ਆ ਦੇਖਣਾ ਹੈ ਜੀ ਜਿਹਨਾਂ ਦਾ ਇੱਕ ਦਾ ਵਧੀਆ ਲਿਖ ਲਿਆ ਨਾ ਫਿਰ ਵਧੀਆ ਲੱਗਦਾ ਜਿਹੜਾ ਦੇਖ ਲਓ ਆ ਦੇਖਣਾ ਹੈ ਜਿਹੜਾ ਦੇਖੋ ਅਸੀਂ ਸਕਾਈ ਆ ਲਿਖ ਆਇਆ ਸਕਾਈ ਇਜ਼ ਆਬਜ਼ਰਵੇਟਰੀ ਦਾ ਕੈਸਗਲ ਗਲਾਸ ਲਾਈਟ ਦੇਖੋ ਇਹਨਾਂ ਦਾ ਉਲਟ ਐਕਸਟਰਾ ਖਰਚੇ ਲਗੇ ਖਾਣੇ ਇਹਨਾਂ ਦਾ ਮੈਟਰ ਬਾਈ ਘੁੰਮੀ ਜਾਂਦੇ ਲਓ ਦੇਖ ਲਓ ਤੋਤੇ ਚਿੜੀਆਂ ਤੁਸੀਂ ਵੀ ਆ ਲਓ ਇਹਨੇ ਆ ਨਹੀਂ ਤੇ ਦੇਖੀਆਂ ਉਹ ਘਰਾਂ ਇੰਨੇ ਮੋਰ ਰਹਿੰਦੇ ਸਾਡੇ ਉੱਥੇ ਕਦੀ ਉਹਨਾਂ ਨੂੰ ਪਾਣੀ ਨਹੀਂ ਪੁੱਛਿਆ ਉਰੇ 400 ਧਰਮ ਦੇਖ ਕੇ ਆ ਦੇਖਣਾ ਆਇਆ ਕਬੂਤਰ ਲੈ ਦੱਸ ਇਹ ਤਾਂ ਮੈਨੂੰ ਹਰਸ਼ਵੀਰੇ ਲੱਗ ਰਿਹਾ ਚਲੋ ਹੁਣ ਨਹੀਂ ਨਹੀਂ ਰੀਅਲੀ ਵੈਸੇ ਵਧੀਆ ਹੈ ਜੀ ਮੈਂ ਤਾਂ ਵੈਸੇ ਮਜ਼ਾਕ ਕਰਦਾ ਸੀ ਸਾਰਾ ਕੁਝ ਸੋਹਣਾ ਬਣਾਇਆ ਨਾ ਮੈਂ ਕਹਿੰਦਾ ਇੱਕ ਇੱਕ ਤਾਰ ਕੇ ਇਹੀ ਗਿਫਟ ਲੈ ਜਾਂਦੇ ਸਾਰਾ ਨਹੀਂ ਲੈਣਾ ਮੈਂ ਤਾਂ ਲੈ ਗਿਆ ਨਾ ਹੋਈ ਠੀਕ ਹਾਂ ਲੈਣਾ ਉਹਦੇ ਬਟਰਫਲਾਈ ਹਾਂ ਬਹੁਤ ਸਾਰੇ ਤਰ੍ਹਾਂ ਦੇ ਇਹਨਾਂ ਨੇ ਮੈਂ ਕਿਹਾ ਸਾਰੇ ਤਰ੍ਹਾਂ ਦੇ ਨਾ ਉਹ ਜੀਵ ਜੰਤੂ ਪਾਏ ਹੋਏ ਆ ਇਹ ਰੀਅਲ ਚ ਹੋਣੇ ਕਿ ਬਣਾ ਕੇ ਪਲਾਸਟਿਕ ਨੇਰੇ ਚ ਪਤਾ ਨਹੀਂ ਲੱਗਿਆ ਕਹਿੰਦੇ ਇੱਧਰ ਨੂੰ ਰਸਤਾ ਹੈ ਕੰਟੀਨਿਊ ਕਰੋ ਐਂ ਜਾਓ ਇੱਥੋਂ ਲੈਫਟ ਜਾਣਾ ਹੁਣ ਇੱਧਰੋਂ ਅਸੀਂ ਚੱਲੇ ਇਸ ਜਗ੍ਹਾ ਨੂੰ ਕਰਤੀ ਬਾਏ ਬਾਏ ਹੁਣ ਜਾ ਰਹੇ ਇੱਧਰੋਂ ਲੈਫਟ ਸਾਈਡ ਤੋਂ ਇਹ ਦੇਖੋ ਇੱਥੇ ਹੈਗਾ ਇਹ ਦੀ ਲੈਬੋਰੇਟਰੀ ਲੈਬੋਰੇਟਰੀ 'ਚ ਆ ਗਏ ਹੁਣ ਇਹਨਾਂ ਦੇ ਨਾਮ ਲਿਖੇ ਹੋਏ ਟ੍ਰੀਜ਼ ਦੇ ਜਿਹੜਾ ਜਿਹੜਾ ਟ੍ਰੀ ਹੈ ਇਹ ਫਾਇਰ ਟ੍ਰੀ ਐਂਡ ਦਿਸ ਵਨ ਇਹ ਨਾਮ ਹੈ ਇਹਦਾ ਇਹ ਟ੍ਰੀ ਬਾਹੀ ਦਿਖਾਇਆ ਹੋਇਆ ਨਾ ਇਹਦੇ ਵਿੱਚ ਇਹ ਦੇਖੋ ਬੜੇ ਹੋ ਕੇ ਦਿਖਾਤੇ ਬਸ ਇਹਨਾਂ ਨੇ ਵੀ ਐਵੇਂ ਕਰਕੇ ਵੱਡੇ ਹੋ ਜਾਂਦੇ ਪੇੜ ਫਟਾਫਟ ਨੈਕਸਟ
दी कैनेडियन डॉलर है क्या? नो अभी लगता है वैसे ही दोस्त है वैसे ही अग्री लगती है फायर रेजिस्टेंट है होना कोई कैरेक्टरिस्टिक सेरेमिक बाग है जी मतलब ये लकड़ी है वो सेरेमिक दी बढ़ी हुई है कुछ है ये जवाक नु फादर को पता मैं कहता नूरी खड़ जंदे हैं इंस्ट्रक्टर ਅੱਗੇ ਤਾਂ ਮੈਂ ਐਗਜ਼ਿਟ ਆਊਗਾ ਮਤਲਬ ਦਾ ਨਾ ਨਾ ਪੰਜ ਚੈਪਟਰ ਹੈ ਇੱਕੋ ਵੀ ਹੈ ਕਿਹੜਾ ਕਿ ਫਿਊਚਰ ਦਾ ਅਸਲੀ ਫਿਊਚਰ ਜਿਹੜਾ ਰੋਬੋਟ ਦਿਖਾਣੇ ਨੇ ਨਾ ਅੱਛਾ ਸਭ ਹੀ ਸ਼ੁਕਰ ਹੈ ਲੋ ਜੀ ਇੱਥੋਂ ਵੀ ਚਲੇ ਅਗਲੀ ਅਸਲੀ ਫਿਊਚਰ ਦੇਖਣ ਜਾਣਾ ਹੈ ਮੁੰਡਾ ਕਹਿੰਦਾ ਯਾਰ ਚੁੱਪ ਹੋਏ ਹੋਏ ਨਾ ਇੱਧਰ ਨੂੰ ਆ ਦੇਖੋ ਚੈਪਟਰ 3 ਆਲ ਵਾਹ ਆ ਉਹਦਾ ਚੈਪਟਰ ਲਾਸਟ ਹੋਣਾ ਯਾਰ ਪੰਜ ਚੈਪਟਰ ਹੈ ਉਹ ਦੇਖੋ ਇਹ ਚੈਪਟਰ 2 ਤਾਂ ਫੇਰ जा रहे हैं जी चैप्टर 3 देखने लिए नीचे जाके आओ लो जी दिस इज चैप्टर 3 देख रहे अंदर क्या आए हूँ इतों एंटर हो गए अपन वेलकम टू ये पता की है ना ना ਕਰਨ ਲੱਗੇ ਕੁਛ ਉਹਦੇ ਚੱਲੂਗਾ ਹੁਣ ਕੋਈ ਪ੍ਰੋਜੈਕਟ ਹਮ ਤਾਂ ਜਮ ਕੇ ਬੈਠ ਗਏ ਉਰੇ ਹਮ ਤਾਂ ਬੈਠ ਗਏ ਹਾਂ ਜੀ ਪੂਰਾ ਉੱਧਰ ਵੀ ਲੋਕ ਵੀ ਬੈਠੇ ਪਬਲਿਕ ਲੈਟਸ ਗੋ ਲੋ ਜੀ ਹਾਂ ਪਹੁੰਚ ਗਏ ਇੱਥੇ ਇਹ ਦੇਖੋ ਇਹ ਹੈ ਥੱਲੇ ਕੁਛ ਵਾਓ फील करो कहते इस चीज़ को ये घूम रहे हैं आ नीचे थोड़े जिम्मे पता नहीं रेता साइड साइड में होंगे ये है बिल्कुल पैरों चो जिथे तुसी पैर रखते हैं उतो साइड में हो जाता है सारा कुछ आ देखो जिता मैं हम अगे गया हाँ देख ये फील करने का है ਜਾਂ ਪਾਣੀ ਨੂੰ ਆਪਾਂ ਕਰਦੇ ਹਾਂ ਛੱਲਾਂ ਸਾਈਡ ਸਾਈਡ ਨੂੰ ਹੁੰਦੀਆਂ ਹੈ ਅੱਛੀ ਚੀਜ਼ ਹੈ ਰੀਅਲੀ ਗੁੱਡ ਲੁੱਕ ਐਟ ਦਿਸ ਆ ਭਾਅ ਜੀ ਤਾਈਵਾਨ ਤੋਂ ਘੁੰਮ ਰਹੇ ਇੱਥੇ ਹੈ ਦਿਸ ਇਜ਼ ਇਹ ਵੀ ਹੈ ਕੁਛ ਵਟ ਓਕੇ 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 ਵੈਨ ਸਿਕਸ ਪੀਪਲ ਦੈਨ ਯੂ ਵਿਲ ਸਟਾਰਟ ये कहते वाइब्रेशन नू फील करना अंदर आके किसी चीज़ नू टच नहीं करना अपना जो उपर खड़े होके बस सिर्फ अखा बंद करके वाइब्रेशन नू फील करो देखा था क्या होंगे हुआ कुछ Yeah. Can you feel the smell?
Yes. लो जी इतने रेस्ट करो बैठ के सो जो ये तो सो गया मैं कहता ओरिजिनल लुक जी कितने उधर वाले पर पहने आ जा हाँ देखो अगम आ जा अपना हेलो हाय 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 आ जाओ रिस्ट्रिक्टेड एरिया है ना ना लो जी इतने पहन आए हैं 400 दिरहम दे के ਇਹਦੇ ਉਹ ਪੈਣਾ ਤਾਂ ਕੱਲ ਬੀਚ ਪਰ ਪੈ ਕੇ ਨਹੀਂ ਰਹੇ ਜਿਹੜੇ ਉਰੇ ਯਾਟ ਪਰ ਘੁੰਮ ਕੇ ਯਾਟ ਪਰ ਜਿਸ ਤਰ੍ਹਾਂ ਫਰੰਟ ਤੇ ਫੀਲਿੰਗ ਦੀ ਉਹੀ ਫੀਲਿੰਗ ਆ ਰਹੀ ਅਸ਼ਵੀ ਹੈ ਕਹਿ ਵੱਖਰੀ ਹੈ ਕਹਿ ਘੈਂਟ ਹੈ ਕੱਲ ਯਾਟ ਦੇ ਫਰੰਟ ਤੇ ਐਵੇਂ ਪਏ ਸੀ ਹੁਣ ਇਹ ਇੱਥੇ ਪਤਾ ਨਹੀਂ ਕਿੱਥੇ ਹਰਸ਼ਵੀ ਨੇ ਲਿਆ ਕੇ ਪਾ ਤੇ ਆਹ ਇਹ ਦੇਖੋ ਇਹਨੂੰ ਫੀਲ ਕਰਨਾ ਇਹ ਦੇਖੋ ਜੀ ਇੱਥੇ ਇਹਨਾਂ ਨੇ ਬਣਾਇਆ ਵਾ ਪੂਰਾ ਪ੍ਰੇ ਕਰਨ ਲਈ ਫੋਰ ਫੈਮਲੀ ਫੋਰ ਹਮਾਰੇ ਸਾਰਾ ਹਾਂ ਸਾਰੇ ਪਾਸੇ ਹਿੰਦੀ ਲਿਖੀ ਵੀ ਹੈ ਐਵਰੀਵੇਅਰ ਉੱਪਰ ਦੇਖਦਾ ਉੱਪਰ ਵੀ ਸਾਰੇ ਪਾਸੇ ਹਿੰਦੀ ਹੈ ਸਾਰੇ ਪਾਸੇ ਈਸ਼ਵਰ ਕੇ ਲਈ ਸ਼ਾਂਤੀ ਕੇ ਲਈ ਉਨਕੇ ਲਈ ਵੀ ਜਿਹੜੇ ਇੱਥੇ ਸੁਣ ਲੈ ਕੇ ਆਏ ਹਮਾਰੇ ਵੰਸ਼ਜੋ ਕੇ ਲਈ ਕਿਆ ਉਹ ਕਹਿੰਦਾ ਵਸੀਅਤ ਕੇ ਵਾਲੀ ਕਸੀ ਹੈ ਵਸੀਅਤ ਜੇ ਛੱਡਣੀ ਨਹੀਂ ਤੁਹਾਡੇ ਡੈਡ ਨੇ ਤੁਹਾਡੇ ਲਈ ਕੁਛ ਜੇ ਬਚੂਗਾ ਤਾਂ ਵਸੀਅਤ ਆਓ ਤਾਂ ਮਿਲੂਗਾ ਅੜਾ ਦੇਣਾ ਸਾਰੇ ਹੀ ਅੜਾ ਤਾਂ ਰਹੇ ਨੀਚੇ ਜਾ ਰਹੇ ਜੀ ਹੁਣ ਆਈ ਥਿੰਕ ਚੈਪਟਰ 4 ਇੱਕ ਥੱਲੇ ਹੋਰ ਤਾਂ ਕੁਛ ਨਹੀਂ ਮਿਲਦਾ ਗੱਡੀਆਂ ਗੁੱਡੀਆਂ ਦੇਖ ਕੇ ਜ਼ਰੂਰ ਮਨ ਖੁਸ਼ ਹੋਊਗਾ ਥੱਲੇ ਖੜੀਆਂ ਦਿਖ ਰਹੀਆਂ ਇਹ ਵੀ ਠੀਕ ਹੈ ਵੈਸੇ ਹਰੇਕ ਕੰਟਰੀ 'ਚ ਨਵਾਂ ਨਵਾਂ ਐਕਸਪੀਰੀਅੰਸ ਤਜਰਬਾ ਕਰਨਾ ਚਾਹੀਦਾ ਜੋ ਉਹਨਾਂ ਨੇ ਬਣਾਇਆ ਹੈ ਇਹਦਾ ਕੋਈ ਮਤਲਬ ਹੀ ਹੋਣਾ ਆਪਾਂ ਆਪਣੇ ਹਿਸਾਬ ਨਾਲ ਸੋਚਦੇ ਹਾਂ ਬਟ ਲੋਕ ਇੰਨੀ ਦੂਰੋਂ ਦੂਰੋਂ ਆਉਂਦੇ ਇਹਨੂੰ ਦੇਖਣ ਮਿਊਜ਼ੀਅਮ ਆਫ ਦੀ ਫਿਊਚਰ ਨੂੰ ਦੈਟ ਮੀਨਸ ਸਮਥਿੰਗ ਡਿਫਰੈਂਟ ਇਨ ਦਿਸ ਇਹ ਖੜੇ ਥੱਲੇ ਪਤਾ ਨਹੀਂ ਕੀ ਬਣਾਇਆ ਵਾ ਇਹਨਾਂ ਨੇ ਕੀ ਇਹ ਵਾਟ ਇਜ਼ ਦਿਸ ਹਾਓ ਇਹ ਪੜ੍ਹਦੇ ਆਪਾਂ ਕਾਹਦਾ ਇਹ ਹਾਓ ਵਿਲ ਵੀ ਲਿਵ ਇਨ ਸਪੇਸ ਸਪੇਸ ਮੈਂ ਕੈਸੇ ਰਹਿ ਸਕਦੇ ਹਾਂ ਸਪੇਸ 'ਚ ਕੀ ਮੇਰੇ ਹਾਂ ਹੈ ਓਕੇ ਇਹ ਕਿਹੜੀ ਆਉਡੀ ਹੈ ਕਿਆ ਇਹਦਾ ਮਤਲਬ ਕਾਹਦੇ ਕਿਹੜੀ ਗੱਡੀ ਹੈ ਉੱਡਣੇ ਵਾਲੀ ਸਪੇਸ ਕਾਰ ਹੈ ਲਾਰਜ ਸੁਪਰਮੈਂਟ ਵੀਲ ਕਿਆ ਇਹਦਾ ਆਉਡੀ ਹੈ ਕਿਆ ਜਾਂ ਉਹ ਕਿਆ ਹੈ ਅਸੀਂ ਤੂੰ ਵੀ ਆ ਰੋਬਟ ਨੂੰ ਕੁਛ ਨਾ ਪੁੱਛ ਇਹ ਦੇਖ ਰੋਬਟ ਬਣਾ ਰੱਖਿਆ ਇਹਨਾਂ ਨੇ ਇੱਥੇ ਦਿਸ ਇਜ਼ ਰੋਬਟ ਕਰ ਰਹੇ ਟਾਕ ਇਹਦੇ ਨਾਲ ਪੁੱਛੀ ਅਗਮ ਕਰੀ ਗੱਲ ਕੋਈ ਕਰ ਅਸ਼ਵੀਰ ਪੁੱਛ ਪੁੱਛਿਆ ਸ਼ੁਕਰ
I don't have an answer for that. Is there something else I can help you with? How much is 2 and 2? I don't have an answer for that. Is there something else I can help you with? ਇੱਥੇ ਬਾਰੇ ਪੁੱਛਣਾ ਕਿ ਉਹ ਗੱਡੀ ਵਾਟਰ ਵਾਟਰ ਦੀ ਆਡੀ ਕਿਹਦੇ ਕਰਕੇ ਪੁੱਛਦਾ ਸੀ ਹੱਥ ਨਾਲ ਲਾ ਕੁਛ ਪੁੱਛ ਸਮ ਥਿੰਗਸ ਸ਼ੁੱਡ ਰਿਮੇਨ ਮਿਸਟੀਰੀਅਸ ਔਰ ਦ ਫਿਊਚਰ ਵਿਲ ਬਿਕਮ ਬੋਰਿੰਗ ਆ ਬੋਲਦਾ ਕੀ ਇਹ ਆਨਸਰ ਨਹੀਂ ਦੇ ਰਹੀ ਕੋਈ ਹੈਲੋ ਹਿਊਮਨ ਸਲਾਮ ਅਲੈਕਮ Welcome to the Museum of the Future. ਹੁਣ ਤੈਨੂੰ ਕੋਈ ਗੱਲ ਨਹੀਂ ਆ ਰਹੀ ਹਰਸ਼ੀ ਹੁਣ ਤੇਰਾ ਬਥੇਰੀ ਗੱਲਾਂ ਕਰਨੇ ਨੂੰ ਦੁਬਈ ਬਾਰੇ ਪੁੱਛ ਲਿਆ ਬੁਰਜ ਖਲੀਫਾ ਕਦੋਂ ਬਣਿਆ ਸੀ ਸਮਥਿੰਗ ਇਹ ਤਾਂ ਪਤਾ ਹੀ ਹੋਣਾ ਇਹਨੂੰ ਕੁਛ ਹਿੰਦੀ ਪੁੱਛਾਂ ਹਾਂ ਹਾਂ ਹਿੰਦੀ ਡੂ ਯੂ نو ਹਿੰਦੀ ਡੂ ਯੂ نو ਹਿੰਦੀ ਆਈ ਡੋਨਟ ਹੈਵ ਐਨ ਆਨਸਰ ਫॉर दैट ਇਸ ਦੇਅਰ ਸਮਥਿੰਗ ਐਲਸ ਆਈ ਕੈਨ ਹੈਲਪ ਯੂ ਵਿਦ ਬੁਰਜ ਖਲੀਫਾ ਕਦੋਂ ਬਣਾ ਥਾ ਆਈ ਡੋਨਟ نو ਦੀ ਆਨਸਰ ਟੂ ਦੈਟ ਕੁਐਸਚਨ ਮੇਬੀ ਵਨ ਆਫ ਮਾਈ ਹਿਊਮਨ ਕਲੀਗਸ ਕੈਨ ਹੈਲਪ ਯੂ ਵਿਦ ਦੈਟ ਬੁਰਜ ਖਲੀਫਾ ਕਦੋਂ ਬਣਾ ਥਾ I don't have an answer for that. Is there something else I can help you with? What is Burj Khalifa? The circular shape of the building represents humanity, and the void evokes the unknown and the challenges we will face in the future. It sits on a green mound that represents the earth. What is that Audi car? Which is worse, the agony of never getting the answer or living with an uncomfortable truth? You may take this. Take it. If I knew the answer to that, I would definitely keep it a secret. Oh. Secret. Secrets in the future. Love she knows. Yeah. But she knows. What about his far past? Your question interests me, but not enough to answer it. Okay. Do you know about present? I'm afraid I don't know the answer to that question. Maybe one of my human colleagues can help you with that. Sure. Your question interests me, but not enough to answer it. Chala, Hashweer. Hashweer, please. I am a humanoid robot. I have been designed to look like a human, although instead of flesh and bones, my body is made of metal and wires. ਇਹ ਇੱਧਰ ਵੋਕਸਵੈਗਨ ਗਰੁੱਪ ਪਤਾ ਨਹੀਂ ਕੀ ਕੀ ਬਣਾ ਰੱਖਿਆ ਹੈ ਹੇ ਮੈਨ ਹੈ ਹਾਂ ਪਛੇੜਾ ਤੂੰ ਇਹਨਾਂ ਤੋਰਨ ਲੱਗ ਜਾਣੇ What is this? Height दस रहा height की है? मेरी बड़ी मैं देखा? ये देखो personality दस रहा बंदे दी। खड़ो, ये बेटी दी। ये देखो मेरी एक्टिविटी करूंगा बेबी लेफ्ट मोर देन यूजुअल विल बी इन एनर्जेटिक टुडे हां ज्यादा हो गया हैं ये आया मेरा बाकी दिन नाल ज्यादा हो गया आज कल अब तो सोच नहीं रहा मैं गलत है ये अच्छा तो बात कर रहा हूं लो जी हुन ऊपर जाना किते बालकनी च कह रहे हैं देख दे ये फोटो लाने थे लो जी उत्थे फोटो खिचा के हुण चले सर साडे उपर चलते हम देखते हैं की है रियली इंजॉय किया बहुत ऐसे तो गर्मी बहुत है पता नहीं कितने आ रहे हैं कितने नहीं हाय माय गॉड अच्छा बालकनी जा गया सीधी या दैट्स
Nice one. Yeah. Museum of the Future ਦੀ ਆ ਗਏ ਅਸੀਂ ਬਾਹਰ ਇੱਥੇ ਫੋਟੋ ਵਗੈਰਾ ਕਲਿੱਕ ਕਰਨ ਲਈ ਇਹ ਦੇਖੋ ਨਾਈਸ ਵਿਊ ਹਾਂ ਆਪਾਂ ਉੱਪਰ ਹੀ ਆਏ ਹੁਣੇ ਹੈ ਨਾ ਉੱਪਰ ਜਾ ਇਹ ਦੇਖੋ ਅਸੀਂ ਟੋਪ ਤੋਂ ਉਹਦੇ ਹੋ ਕੇ ਆਏ ਹਾਂ ਇਹ ਦੇਖੋ ਐਵੇਂ ਘੁੰਮ ਕੇ ਹਾਂ ਹਾਂ ਚਲੋ ਜੀ ਬੱਚਿਆਂ ਦੀ ਲੱਗ ਗਈ ਡਿਊਟੀ ਫੋਟੋ ਖਿੱਚਣ ਲਈ ਇਹ ਕਹਿੰਦੇ ਸਾਡੀ ਫੋਟੋ ਖਿੱਚ ਦਿਓ ਮੈਂ ਕਿਹਾ ਚਲੋ ਖਿੱਚ ਦੇਣੇ ਭਾਈ ਇਹ ਕੱਪਲ ਬੇਟਾ ਲੱਗਿਆ ਵਾ ਸਰਵਿਸ 'ਤੇ ਖੜ੍ਹੇ ਹਾਂ ਜੀ ਇੱਥੇ ਪੂਰੇ ਡੈੱਕ 'ਤੇ ਇਹਦੇ ਓਪਨ ਏਰੀਆ ਹੈ ਮਜ਼ੇਦਾਰ ਇੱਥੇ ਕੋਈ ਗੱਲ ਨਹੀਂ ਅਤੇ ਚਲੋ 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 ਮੈਂ ਗਰਮੀ ਬਹੁਤ ਹੈ ਲਓ ਜੀ ਹੋ ਗਿਆ ਖਤਮ ਇਹ ਦੇਖੋ ਇੱਥੇ ਇਹ ਉੱਡਰੀ ਕੋਈ ਗੇਰ ਲੈ ਨੂੰ ਉੱਡਦੀ ਕਬੂਤਰੀ ਨੂੰ ਬਸ ਹੁਣ ਜਾਣਾ ਅਸੀਂ ਮੈਟਰੋ ਤੋਂ ਵਾਪਸ ਹੋਟਲ ਬਾਏ ਬਾਏ ਮਿਊਜ਼ੀਅਮ ਆਫ ਫਿਊਚਰ ਸੀ ਯੂ ਨੈਕਸਟ ਟਾਈਮ ਜੇਕਰ ਦੁਬਈ ਆਏ ਫਿਰ ਇੱਥੇ ਆਵਾਂਗੇ ਵਿਜ਼ਿਟ ਕਰਨ ਦਿਸ ਇਜ਼ ਉਹ ਦੇਖ ਮੈਟਰੋ ਸਟੇਸ਼ਨ ਐਮਰੇਟਸ ਟਾਵਰ ਮੈਟਰੋ ਸਟੇਸ਼ਨ ਚੱਲੀਏ ਵਾਪਸ